ਦੋਸਤੋ ਨਿੱਕੇ ਹੁੰਦਿਆਂ ਜਦੋਂ ਪੰਜਾਬੀ ਪੜ੍ਹਦੇ ਸੀ ਸਕੂਲੇ ਪੰਜਾਬੀ ਦਾ ਕਾਇਦਾ ਜਾਂ ਫਿਰ ਪੰਜਾਬੀ ਦਾ ਊੜਾ ਤਾਂ ਚਾਰ ਇਹੋ ਜਿਹੇ ਅੱਖਰ ਹੁੰਦੇ ਸੀ ਜਿਨ੍ਹਾਂ ਨੂੰ ਖਾਲੀ ਕਹਿੰਦੇ ਸੀ ਹਮੇਸ਼ਾ ਟੀਚਰ ਸਾਨੂੰ ਖਾਲੀ ਸਿਖਾਉਂਦੇ ਸੀ ਤੇ ਅਸੀਂ ਵੀ ਖਾਲੀ ਹੀ ਪੜ੍ਹਦੇ ਸੀ ਮੰਗਾ ਖਾਲੀ ਨੰਗਾ ਖਾਲੀ ਡਾੜਾ ਖਾਲੀ ਨਾਣਾ ਖਾਲੀ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਕੱਲ ਦੇ ਬੱਚਾ ਨੂੰ ਜਵਾਕਾਂ ਨੂੰ ਵੀ ਇਹੀ ਪੜਾਇਆ ਜਾਂਦਾ ਹੈ ਕਿ ਇਹ ਚਾਰੇ ਅੱਖਰ ਖਾਲੀ ਪਰ ਕੀ ਕਦੇ ਸੋਚਿਆ ਕਿ ਇਹ ਵਾਲੇ ਚਾਰ ਅੱਖਰ ਖਾਲੀ ਕਿਉਂ ਹੁੰਦੇ ਆ ਜਦ ਬਾਕੀ ਦੇ 35 ਦੇ 35 ਅਖਰੀ ਦੇ ਵਿੱਚ ਜਿੰਨੇ ਵੀ ਅੱਖਰ ਆ ਉਹਨਾਂ ਤੋਂ ਕੋਈ ਨਾ ਕੋਈ ਸ਼ਬਦ ਬਣਦਾ ਆ ਜਿਵੇਂ ਕਿ ਊੜਾ ਉੰਗਲ ਊੜਾ ਉੱਪਰ ਕਕਾ ਕਲਮ ਸਸਾ ਸਾਗ ਕਗਾ ਕੜਾ ਤਾਂ ਫਿਰ ਨੰਗਾ ਖਾਲੀ ਨਾਣਾ ਖਾਲੀ ਡਾੜਾ ਖਾਲੀ ਤੇ ਣਿਆ ਖਾਲੀ ਕਿਉਂ ਇਹਨਾਂ ਤੋਂ ਕੋਈ ਕੀ ਸ਼ਬਦ ਨਹੀਂ ਬਣਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸੇ ਬਾਰੇ ਕਿ ਇਹ ਵਾਲੇ ਅੱਖਰ ਖਾਲੇ ਖਾਲੀ ਕਿਉਂ ਨੇ ਤੇ ਕਿ ਇਹਨਾਂ ਅੱਖਰਾਂ ਦੇ ਨਾਲ ਇਹ ਬੇਇਨਸਾਫੀ ਨਹੀਂ ਹੋ ਰਹੀ ਗੱਲ ਕਰਾਂਗੇ ਇਸ ਬਾਰੇ ਤੇ ਇਹਨਾਂ ਖਾਲੀ ਅੱਖਰਾਂ ਨੂੰ ਭਰਾਂਗੇ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਤੇ ਤੁਸੀਂ ਸਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਜ਼ਰੂਰ ਕਰਨਾ ਵੈਸੇ ਸਾਨੂੰ ਕਹਿੰਦੀ ਲੋੜ ਤਾਂ ਨਹੀਂ ਕਿਉਂਕਿ ਜਾਣਕਾਰੀ ਆ ਸਾਰਿਆਂ ਦੇ ਨਾਲ ਸਾਂਝੀ ਜ਼ਰੂਰ ਕਰਨੀ ਚਾਹੀਦੀ ਹੈ ਤੇ ਨਾਲ ਦੀ ਨਾਲ ਸਾਡਾ ਸੁਰਖਾਪ ਟੀਵੀ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲੈਣਾ ਤੇ Facebook ਤੇ ਸੁਰਖਾਪ ਟੀਵੀ ਦੇ ਪੇਜ ਨੂੰ ਫੋਲੋ ਕਰਨਾ ਇਹ ਤੁਹਾਡਾ ਫਰਜ਼ ਹੈ ਅਸਲ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਇਹ ਵਾਲੇ ਚਾਰ ਸ਼ਬਦ ਆ ਇਹਨਾਂ ਤੋਂ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਜਾਂ ਐਵੇਂ ਕਹਿ ਸਕਦੇ ਆ ਕਿ ਇਹਨਾਂ ਤੋਂ ਕੋਈ ਸ਼ਬਦ ਬਣਦਾ ਹੀ ਨਹੀਂ ਤੇ ਜਿਹੜੇ ਬਾਕੀ ਦੇ ਅੱਖਰ ਆ ਈੜੀ ਇੰਜਣ ਕਕਾ ਕਲਮ ਸਸਾ ਸਾਗ ਸਾਰੇ ਅੱਖਰਾਂ ਤੋਂ ਕੋਈ ਨਾ ਕੋਈ ਸ਼ਬਦ ਬਣਦਾ ਆ ਉਹਨਾਂ ਤੋਂ ਵਾਕ ਵੀ ਬਣਦੇ ਨੇ ਸ਼ਬਦ ਸ਼ੁਰੂ ਵੀ ਹੁੰਦਾ ਆ ਤੇ ਵਾਕ ਸ਼ੁਰੂ ਵੀ ਹੁੰਦੇ ਨੇ ਤੇ ਜਿਹੜੇ ਇਹ ਵਾਲੇ ਚਾਰ ਅੱਖਰ ਨੇ ਇਹਨਾਂ ਤੋਂ ਕੋਈ ਸ਼ਬਦ ਨਹੀਂ ਬਣਦਾ ਨਾ ਹੀ ਇਹਨਾਂ ਤੋਂ ਕੋਈ ਵਾਕ ਸ਼ੁਰੂ ਹੁੰਦਾ ਹਾਂ ਇਹ ਜ਼ਰੂਰ ਕਹਿ ਸਕਦੇ ਆ ਕਿ ਇਹ ਵਾਲੇ ਜਿਹੜੇ ਚਾਰ ਅੱਖਰ ਨੇ ਇਹਨਾਂ ਨੂੰ ਕਿਸੇ ਹੋਰ ਅੱਖਰ ਦੇ ਪਿੱਛੇ ਲਾ ਕੇ ਇੱਕ ਸ਼ਬਦ ਬਣਾਇਆ ਜਾ ਸਕਦਾ ਹੈ ਜਿਵੇਂ ਪ੍ਰਾਣ ਪੱਪੇ ਦੇ ਪੈਰ ਚ ਰਾਰਾ ਪੱਪੇ ਨੂੰ ਕੰਨਾ ਤੇ ਉਹਦੇ ਪਿੱਛੇ ਲਾ ਦਿੱਤਾ ਨਾਣਾ ਉਹ ਬਣ ਗਿਆ ਪ੍ਰਾਣ ਇੱਥੇ ਇੱਕ ਪੁਆਇੰਟ ਹੋਰ ਜ਼ਰੂਰ ਵਿਚਾਰਨ ਵਾਲਾ ਇਹ ਹੈ ਕਿ ਜੇਕਰ ਤੁਸੀਂ ਇਹ ਜਿਹੜੇ ਚਾਰੋਂ ਅੱਖਰ ਨੇ ਜਿਨ੍ਹਾਂ ਤੋਂ ਕੋਈ ਅੱਖਰ ਬਣਦਾ ਹੀ ਨਹੀਂ ਜਿਹੜੇ ਖਾਲੀ ਹੀ ਰਹਿੰਦੇ ਆ ਹਮੇਸ਼ਾ ੰੰਗਾ ਣ੍ਹਾ ਨਾਣਾ ਤੇ ਡਾੜਾ ਇਹ ਅੱਖਰ ਆਪੋ ਆਪ ਦੇ ਨਾਲ ਮਿਲ ਕੇ ਵੀ ਇੱਕ ਸ਼ਬਦ ਬਣਾਉਂਦੇ ਨੇ ਜਿਵੇਂ ਨਾਣਾ ਆ ਨਾਣੇ ਦੇ ਨਾਲ ਤੁਸੀਂ ਵਿੱਚ ਕੁਝ ਮਾਤਰਾਵਾਂ ਲਾ ਕੇ ਨਾਣਾ ਹੀ ਲਾਤਾ ਤਾਂ ਉਹ ਇੱਕ ਸ਼ਬਦ ਬਣ ਜਾਂਦਾ ਆ ਭਾਵੰਗਾ ਉਹਦੇ ਉੱਤੇ ਟਿੱਪੀ ਗੰਗੇ ਨੂੰ ਕੰਨਾ ਬਣ ਗਿਆ ੰੰਗਾ ਣ੍ਹਾ ਨਾਣਾ ਤੇ ਡਾੜਾ ਇਹ ਖੁਦ ਤੋਂ ਹੀ ਮਾਤਰਾਵਾਂ ਲਾ ਕੇ ਲਿਖੇ ਜਾ ਸਕਦੇ ਨੇ ਸ਼ਬਦ ਬਣਦੇ ਨੇ ਇਹਦਾ ਮਤਲਬ ਇਹ ਹੈ ਕਿ ਇੱਕ ਅੱਖਰ ਇਹ ਵਾਲੇ ਜਿਹੜੇ ਅੱਖਰ ਆ ਇੱਕ ਪੂਰਾ ਸ਼ਬਦ ਬਣਾਉਂਦੇ ਨੇ ਆਪਣੇ ਆਪ ਦੇ ਨਾਲ ਹੀ ਮਿਲ ਜੁਲ ਕੇ ਆਧੁਨਿਕ ਸਮੇਂ ਦੇ ਵਿੱਚ ਪੰਜਾਬੀ ਵਿੱਚ ਇਹਨਾਂ ਅੱਖਰਾਂ ਤੋਂ ਕੋਈ ਵੀ ਜੀਵ ਨਿਰਜੀਵ ਵਸਤੂ ਕੋਈ ਸ਼੍ਰੇਣੀ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਚੀਜ਼ ਹੈ ਜਾਂ ਕੋਈ ਹੋਰ ਵਿਸ਼ੇਸ਼ ਅੱਖਰ ਜਾਂ ਸ਼ਬਦ ਆ ਉਹ ਸ਼ੁਰੂ ਨਹੀਂ ਹੁੰਦਾ ਪਰ ਹੁਣ ਆਪਾਂ ਗੱਲ ਕਰਾਂਗੇ ਗੁਰਬਾਣੀ ਦੀ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਕਿ ਆਪਾਂ ਇਹਨਾਂ ਅੱਖਰਾਂ ਨੂੰ ਪੜਾਂਗੇ ਖਾਲੀ ਅੱਖਰਾਂ ਨੂੰ ਪੜਾਂਗੇ ਗੁਰਬਾਣੀ ਦੀ ਮਦਦ ਦੇ ਨਾਲ ਗੁਰਬਾਣੀ ਦੇ ਨਾਲ ਤਾਂ ਦੇਖਿਆ ਜਾਵੇ ਅੱਜ ਦੀ ਜਿਹੜੀ ਸਿੱਖਿਆ ਆ ਅੱਜ ਦੀ ਨਵੀਨ ਵਿੱਦਿਆ ਪ੍ਰਣਾਲੀ ਸਿੱਖਿਆ ਪ੍ਰਣਾਲੀਏ ਉਹਦੇ ਵਿੱਚ ਇਹਨਾਂ ਅੱਖਰਾਂ ਨੂੰ ਖਾਲੀ ਰੱਖਿਆ ਜਾਂਦਾ ਹੈ ਖਾਲੀ ਪੜਾਇਆ ਜਾਂਦਾ ਹੈ ਖਾਲੀ ਅਸੀਂ ਪੜਦੇ ਆਂ ਖਾਲੀ ਹੀ ਅਸੀਂ ਸਿੱਖਦੇ ਆਂ ਕਿ ਇਹ ਸਾਰੇ ਅੱਖਰ ਜਿਹੜੇ ਆ ਨਾਣਾ ਖਾਲੀ ੰਗਾ ਖਾਲੀ ਪਰ ਗੁਰੂ ਸਾਹਿਬਾਨਾਂ ਦੇ ਵੱਲੋਂ 35 ਅਖਰੀ ਦੇ ਵਿੱਚ ਕਿਸੇ ਵੀ ਅੱਖਰ ਨੂੰ ਖਾਲੀ ਨਹੀਂ ਰੱਖਿਆ ਗਿਆ 35 ਅਖਰੀ ਦਾ ਆਪੋ ਆਪ ਦੇ ਵਿੱਚ ਇੱਕ ਮਹੱਤਵ ਆ ਸਾਰੇ ਅੱਖਰਾਂ ਦਾ ਮਹੱਤਵ ਆ ਤੇ ਸਾਰੇ ਅੱਖਰਾਂ ਨੂੰ ਪੂਰਿਆ ਗਿਆ ਹੈ ਸੰਪੂਰਨ ਰੱਖਿਆ ਗਿਆ ਹੈ ਗੁਰਬਾਣੀ ਦੇ ਵਿੱਚ ਅਨੇਕਾਂ ਇਹੋ ਜਿਹੇ ਸ਼ਬਦ ਨੇ ਜਿਨ੍ਹਾਂ ਦੇ ਕਿਸੇ ਅੱਖਰ ਦੇ ਮੂਰੇ ਲਾ ਕੇ ਜਾਂ ਸ਼ਬਦ ਦੇ ਮੂਰੇ ਇਹਨਾਂ ਅੱਖਰਾਂ ਨੂੰ ਲਾ ਕੇ ਇੱਕ ਇਹ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਪਿੱਛੇ ਲਾ ਕੇ ਤਾਂ ਚਲੋ ਬਹੁਤ ਸਾਰੇ ਬਣਦੇ ਨੇ ਜਿਵੇਂ ਆਪਾਂ ਉੱਤੇ ਇੱਕ ਪ੍ਰਾਣ ਸ਼ਬਦ ਦੀ ਹੀ ਗੱਲ ਕਰ ਲਈਏ ਤਾਂ ਗੁਰਬਾਣੀ ਦੇ ਵਿੱਚ ਕਿਸੇ ਸ਼ਬਦ ਦੇ ਮੂਰੇ ਲਾ ਕੇ ਵੀ ਇਹਨਾਂ ਸ਼ਬਦਾਂ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਜਾਂਦੀ ਹੈ ਜਿਵੇਂ ਗੁਰਬਾਣੀ ਦੇ ਵਿੱਚ ਜਿਹੜੀ ਬਾਵਨ ਅਖਰੀ ਹੈ ਉਹਦੇ ਵਿੱਚ ਅਨੇਕਾਂ ਇਹੋ ਜਿਹੇ ਸ਼ਬਦ ਆਉਂਦੇ ਨੇ ਜਿਨ੍ਹਾਂ ਦੇ ਮੂਰੇ ਇਹਨਾਂ ਖਾਲੀ ਅੱਖਰਾਂ ਨੂੰ ਲਾਇਆ ਜਾਂਦਾ ਹੈ ਤੇ ਸ਼ਬਦ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਸਾਡੇ ਗੁਰੂ ਸਾਹਿਬਾਨ ਇੰਨੇ ਗਿਆਨਮਾਨ ਸੀ ਕਿ ਉਹਨਾਂ ਨੇ 35 ਅਖਰੀ ਤੇ ਹਰ ਇੱਕ ਅੱਖਰ ਦੀ ਸੰਪੂਰਨ ਵਰਤੋਂ ਕੀਤੀ ਹੈ ਹਰ ਇੱਕ ਅੱਖਰ ਤੋਂ ਗੁਰਬਾਣੀ ਉਚਾਰਨ ਕੀਤੀ ਹੈ ਤੇ ਗੁਰਬਾਣੀ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਅਖਰਾਂ ਦੀ ਜਿਹੜੀ ਵਰਤੋਂ ਗੁਰਬਾਣੀ ਦੇ ਵਿੱਚ ਜਿਵੇਂ ਕੀਤੀ ਗਈ ਹੈ ਉਹ ਸਾਰੇ ਸ਼ਬਦ ਆਮ ਭਾਸ਼ਾ ਜਾਂ ਫਿਰ ਆਮ ਵਰਤੋਂ ਦੇ ਵਿੱਚ ਨਹੀਂ ਆਉਂਦੇ ਉਹਨਾਂ ਦਾ ਉਚਾਰਨ ਕਿਸੇ ਬੱਚੇ ਦੇ ਕੋਲੋਂ ਤਾਂ ਕੀ ਜਿਹੜੇ ਸਿਆਣੇ ਲੋਕ ਆ ਵੱਡੇ ਆ ਉਹਨਾਂ ਦੇ ਕੋਲੋਂ ਵੀ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਪਰ ਅਸੀਂ ਕੁਝ ਉਦਾਹਰਨਾਂ ਜ਼ਰੂਰ ਦੇਵਾਂਗੇ ਜੋ ਕਿ ਤੁਹਾਡੀ ਸਕਰੀਨ ਤੇ ਨਾਲੋਂ ਨਾਲ ਤੁਹਾਡੇ ਸਾਹਮਣੇ ਅਸੀਂ ਲਿਖ ਕੇ ਚਲਾ ਰਹੇ ਹਾਂ ਗੰਗਾ ਖਟ ਸ਼ਾਸਤਰ ਹੋਏ ਗਿਆਤਾ ਪੂਰਕ ਕੁੰਭ ਕਰੇਚਕ ਕਰਮਾਤਾ ਗਿਆਨ ਧਿਆਨ ਤੀਰਤ ਇਸ ਨਾਨੀ ਸੋਮਪਾਕ ਅਪਰਸ ਉਦਿਆਨੀ ਸ਼ਲੋਕ ਯਤਨ ਕਰਹੁ ਤੁਮ ਅਨਕ ਬਿਦ ਰਹਿ ਨਾ ਪਾਵਹੁ ਮੀਤ जीवत रहो हर हर भजहो नानक नाम प्रीत ਤੋ ਗੁਰਮੁਖੀ ਦਾ ਕੱਲਾ ਕੱਲਾ ਅੱਖਰ 35 ਅਖਰੀ ਦਾ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਹੋਂਦ ਰੱਖਦਾ ਹੈ 35 ਅਖਰੀ ਆਪਣੇ ਆਪ ਵਿੱਚ ਸੰਪੂਰਨ ਹੈ ਜੋ ਕਿ ਵਿਦਿਆ ਪ੍ਰਣਾਲੀ ਇਹੋ ਜਿਹੀ ਹੈ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਹ ਗਲਤ ਪੜਾਇਆ ਜਾਂਦਾ ਹੈ ਕਿ ਆਹ ਵਾਲੇ ਅੱਖਰ ਜਿਹੜੇ ਚਾਰ ਆ ਇਹਨਾਂ ਨੂੰ ਖਾਲੀ ਕਿਹਾ ਜਾਂਦਾ ਹੈ ਇਹ ਖਾਲੀ ਨੇ ਤੇ ਬਾਕੀ ਜਿਹੜੇ ਸਾਰੇ ਅੱਖਰ ਉਹਨਾਂ ਤੋਂ ਕੋਈ ਨਾ ਕੋਈ ਸ਼ਬਦ ਸ਼ੁਰੂ ਹੁੰਦਾ ਹੈ ਇਸੇ ਕਰਕੇ ਤਾਂ ਪੁਰਾਤਨ ਸਮੇਂ ਦੇ ਵਿੱਚ ਜਿਹੜੇ ਬੱਚੇ ਸੀ ਜਦੋਂ ਨਿੱਕੇ ਹੁੰਦੇ ਸੀ ਤਾਂ ਉਹਨਾਂ ਨੂੰ ਸਕੂਲਾਂ ਦੇ ਵਿੱਚ ਪਾਠਸ਼ਾਲਾ ਦੇ ਵਿੱਚ ਭੇਜਣ ਤੋਂ ਪਹਿਲਾਂ ਗੁਰ ਦੁਆਰੇ ਭੇਜਿਆ ਜਾਂਦਾ ਸੀ ਤੇ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਸੀ ਇਹ ਲਾਜ਼ਮੀ ਹੁੰਦਾ ਸੀ ਤਾਂ ਕਿ ਉਹ ਪੰਤੀ ਅਖਰੀ ਨੂੰ ਸਮਝ ਸਕਣ ਗੁਰਬਾਣੀ ਦੇ ਉਚਾਰਨ ਨੂੰ ਗੁਰਮੁਖੀ ਨੂੰ ਸਹੀ ਮਾਇਨੇ ਦੇ ਵਿੱਚ ਸਿੱਖ ਸਕਣ ਤੇ ਸਮਝ ਸਕਣ ਇਸ ਦਾ ਗੁਰਮੁਖੀ ਦਾ 35 ਅਖਰੀ ਦਾ ਸਹੀ ਉਚਾਰਨ ਕਰ ਸਕਣ। ਤੇ ਆਓ ਅਸੀਂ ਖੁਦ ਹੁਣ ਇਸ ਬਾਰੇ ਜਾਗਰੂਕ ਹੋਈਏ ਕਿਉਂਕਿ ਸਕੂਲਾਂ ਦੇ ਵਿੱਚ ਤਾਂ ਜੋ ਸ਼ੁਰੂ ਤੋਂ ਪੜਾਇਆ ਜਾ ਰਿਹਾ ਹੈ ਉਹੀ ਪੜਾਉਣਾ ਹੈ। ਅਸੀਂ ਖੁਦ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਹੀ ਸਿਖਾ ਸਕੀਏ। ਜਿਹੜਾ 35 ਅਖਰੀ ਆ ਉਹਦਾ ਸਹੀ ਉਚਾਰਨ ਕਰਾ ਸਕੀਏ ਕਿ 35 ਅਖਰੀ ਜਿਹੜੀ ਆਪਣੇ ਆਪ ਦੇ ਵਿੱਚ ਸੰਪੂਰਨ ਹੈ। ਇਹ ਜਿਹੜਾ ਖਾਲੀ ਅੱਖਰਾਂ ਵਾਲਾ ਕੋਈ ਵੀ ਮਸਲਾ ਨਹੀਂ ਹੈ। ਅਖੀਰ ਤੇ ਜ਼ਰੂਰ ਕਹਾਂਗੇ ਕਿ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦੇਣਾ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸਾਂ ਕੀਆ ਕਰਨਾ ਨਾ ਭੁੱਲਣਾ